ਕਹਿਣ ਦੀ ਬਜਾਏ ਉਲਟਾ ਸਾਡੇ ਮੁੰਡੇ ਜਸਪਾਲ ਪਾਲੀ ਨੂੰ ਚਿੰਬੜ ਗਏ। ਜਦੋਂ ਉਹਨੂੰ ਚਿੰਬੜ ਗਏ ਅਸੀਂ ਨਾਲ ਲੱਗੇ ਉਹਦੇ, ਜਾਣੀ ਲੱਗਣ ਸਾਰ ਉਹਨਾਂ ਨੇ ਇੱਟਾਂ ਰੋੜਿਆ ਚਲਾ ਤੇ ਮੀਂਹ ਵਾਂਗੂ ਸਾਡੇ, ਜਾਣੀ ਉਹ ਪਾਲੀ ਦੇ ਸਿਰ 'ਚ ਵੀ ਵੱਜੀ, ਉਹਦੇ ਹਿੱਕ 'ਤੇ ਵੱਜੀ, ਮੈਂ ਆਹ ਮੂਹਰੇ ਹੱਥ ਕਰ ਲਿਆ, ਮੇਰੇ ਹੱਥ 'ਚ ਲੱਗੀ, ਜਾਣੀ ਉਹਦੇ ਨਹੀਂ ਸਿਰ 'ਚ ਵੱਜਦੀ। ਜਾਣੀ ਕੱਲ੍ਹ ਪਰਸੋਂ ਦੀ ਗੱਲ, ਔਰ ਇੱਕ ਲੇਡੀਜ਼ ਆਈ, ਉਹਦੇ ਸੁਰਾ ਮਾਰ ਕੇ, ਜਿਹਨੂੰ ਉਹ ਪ੍ਰੈਜੈਂਟ ਦੀ 7 ਮਹੀਨਿਆਂ ਦੀ, ਉਹਦੇ ਹੱਥ 'ਤੇ ਮਾਰਿਆ, ਜਾਣੀ ਉਹਦੇ ਹੱਥ 'ਤੇ ਜਾਣੀ ਉਹਦਾ ਉਂਗਲ ਕੱਟਤੀ। ਪਾਰਕਿੰਗ ਦੀ ਪਰਚੀ ਨੂੰ ਲੈ ਕੇ ਕਿਸਾਨ ਅਤੇ ਪਾਰਕਿੰਗ ਦੇ ਕਰਿੰਦੇ ਆਮੋ ਸਾਹਮਣੇ ਹੋ ਗਏ। ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਹਮਲਾ ਕੀਤਾ ਗਿਆ। ਕਿਸਾਨ ਜ਼ਖਮੀ ਹੋਏ ਨੇ, ਸੱਟਾਂ ਵੱਜੀਆਂ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮਾਮਲਾ ਸੰਗਰੂਰ ਦੇ ਸਿਵਲ ਹਸਪੀਟਲ ਦਾ ਹੈ। ਕਿਸਾਨ ਕਿਸੇ ਕੰਮ ਦੇ ਸੰਬੰਧੀ ਹਸਪੀਟਲ ਦੇ ਵਿੱਚ ਆਏ ਸੀ। ਕਰਿੰਦਿਆਂ ਨੇ ਪਰਚੀ ਦੇ ਪੈਸੇ ਮੰਗੇ ਤਾਂ ਕਿਸਾਨਾਂ ਨੇ ਜਵਾਬ ਦੇ ਦਿੱਤਾ। ਇਹ ਕਿਹਾ ਕਿ ਸਾਡੀ ਜਥੇਬੰਦੀ ਦੇ ਵੱਲੋਂ ਪੈਸੇ ਪਾਰਕਿੰਗ ਦੇ ਨਹੀਂ ਦਿੱਤੇ ਜਾਂਦੇ। ਇਹਨਾਂ ਨੂੰ ਲੈ ਕੇ ਕਰਿੰਦਿਆਂ ਦੇ ਵੱਲੋਂ ਤੂੰ ਮੈਂ ਕੀਤੀ ਗਈ। ਫਿਰ ਬਾਅਦ ਵਿੱਚ ਦੋਵੇਂ ਧਿਰਾਂ ਆਮੋ ਸਾਹਮਣੇ ਹੋ ਗਈਆਂ, ਜੱਫੇ ਲੱਗ ਪਏ। ਦੋਵੇਂ ਧਿਰਾਂ ਦੇ ਲੋਕ ਨੇ ਜਿਹੜੇ ਜ਼ਖਮੀ ਹੋਏ ਨੇ, ਤਾਂ ਇਸ ਸੰਬੰਧ ਦੇ ਵਿੱਚ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ। ਠੇਕੇਦਾਰ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਦੇ ਵੱਲੋਂ ਕਰਿੰਦੇ ਤੇ ਹੱਥ ਚੁੱਕਿਆ ਗਿਆ, ਸਮਾਨ ਦੀ ਭੰਨ ਤੋੜ ਕੀਤੀ ਗਈ, ਜਦਕਿ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਗਿਆ। ਉਹਨਾਂ ਨੇ ਕਿਹਾ ਕਿ ਅਸੀਂ ਅਕਸਰ ਇੱਥੇ ਆਉਂਦੇ ਜਾਂਦੇ ਹਾਂ, ਪਹਿਲਾਂ ਵੀ ਪਰਚੀ ਦੇ ਪੈਸੇ ਕਦੇ ਨਹੀਂ ਦਿੱਤੇ, ਇਸ ਵਾਰ ਇਹਨਾਂ ਨੇ ਪੈਸੇ ਮੰਗੇ ਤਾਂ ਜਵਾਬ ਦਿੱਤਾ, ਤਾਂ ਇਹਨਾਂ ਦੇ ਵੱਲੋਂ ਪਹਿਲਾਂ ਗਾਲੀ ਗਲੋਚ ਕੀਤਾ ਗਿਆ, ਜਿਸ ਤੋਂ ਬਾਅਦ ਕੰਮ ਵੱਧ ਗਿਆ। ਅੱਜ ਅਸੀਂ 3 ਜਣੇ, ਜਾਣੀ ਮੇਰੇ ਨਾਲ ਸੁਨਾਮ ਬਲਾਕ ਦਾ ਖਜ਼ਾਨਚੀ ਜਸਪਾਲ ਪਾਲੀ ਅਤੇ ਲਾਲੀ ਅਤੇ ਮੈਂ, 3 ਜਣੇ ਅਸੀਂ ਹੋਸਪਿਟਲ ਦੇ ਵਿੱਚ ਆਏ। ਜਾਣੀ ਪਹਿਲਾਂ ਉਹ ਪਰਚੀ ਵਾਲਿਆਂ ਨੇ ਸਾਡੀ ਗੱਡੀ ਘੇਰੀ ਵੀ ਸਾਡੀ ਪਰਚੀ ਕਟਾਓ। ਅਸੀਂ ਕਿਹਾ ਵੀ ਯਾਰ ਅਸੀਂ ਪਰਚੀ ਨਹੀਂ ਕਟਾਉਂਦੇ, ਨਾ ਅਸੀਂ ਪਰਚੀ ਕਿਤੇ ਕਟਾਈ, ਅਸੀਂ ਰੋਜ਼ ਲੋਕਾਂ ਦੇ ਕੰਮਾਂ 'ਚ ਰੋਜ਼ ਫਿਰਦੇ ਹਾਂ। ਜਾਣੀ ਉੱਥੋਂ ਦਾ ਚੁੱਪ ਕਰਕੇ ਉਦੋਂ ਦੁਬਾਰੇ ਅਸੀਂ ਗੱਡੀ ਉਹਨੇ ਪੈਰੀ ਜਦੋਂ ਵਾਪਸ ਕੱਢਣ ਲੱਗੇ, ਜਾਣੀ ਉਹਨਾਂ ਦੇ ਸੋਕਰੇ ਜੇ ਮੁੰਡੇ, ਜਾਣੀ 2-3 ਫੇਰ ਸਾਡੇ ਗਾਲਾਂ ਵੀ ਕੱਢ ਕੇ ਸਾਨੂੰ ਪੁੱਠਾ ਇੱਦਾਂ ਹੀ ਬੋਲਣ ਲੱਗ ਗਏ, ਅਸੀਂ ਦੁਪਹਿਰੇ ਆ ਜਾਓ, ਅਸੀਂ ਚਾਹੇ 1000 ਬੰਦਾ ਹੋਵੇ ਅਸੀਂ ਅੱਖਾਂ ਕੱਢ ਦਿੰਦੇ, ਅਸੀਂ ਐਂ ਕਰ ਦਿੰਦੇ, ਖਾਸਾ ਕੁਛ ਬੋਲੀ ਹੈ। ਅਸੀਂ ਥੱਲੇ ਉਤਰੇ, ਅਸੀਂ ਕਿਹਾ ਯਾਰ ਤੁਸੀਂ ਐਡੀ ਹਵਾ 'ਚ ਬੋਲੀ ਜਾਂਦੇ ਹੋ, ਅਸੀਂ ਤੁਹਾਨੂੰ ਮਾੜਾ ਨਹੀਂ ਚੰਗਾ ਨਹੀਂ ਕਿਹਾ, ਤੁਹਾਨੂੰ ਅਸੀਂ ਇਹ ਕਿਹਾ ਵੀ ਅਸੀਂ ਪਰਚੀ ਨਹੀਂ ਕਟਾਉਂਦੇ। ਜਾਣੀ ਵਰਨਾ ਇਹ ਗੱਲ ਕਹਿਣ ਦੀ ਬਜਾਏ ਉਲਟਾ ਸਾਡੇ ਮੁੰਡੇ ਜਸਪਾਲ ਪਾਲੀ ਨੂੰ ਚਿੰਬੜ ਗਏ। ਜਦੋਂ ਉਹਨੂੰ ਚਿੰਬੜ ਗਏ ਅਸੀਂ ਨਾਲ ਲੱਗੇ ਉਹਦੇ, ਜਾਣੀ ਲੱਗਣ ਸਾਰ ਉਹਨਾਂ ਨੇ ਇੱਟਾਂ ਰੋੜਿਆ ਚਲਾ ਤੇ ਮੀਂਹ ਵਾਂਗੂ ਸਾਡੇ, ਜਾਣੀ ਉਹ ਪਾਲੀ ਦੇ ਸਿਰ 'ਚ ਵੀ ਵੱਜੀ, ਉਹਦੇ ਹਿੱਕ 'ਤੇ ਵੱਜੀ, ਮੈਂ ਆਹ ਮੂਹਰੇ ਹੱਥ ਕਰ ਲਿਆ, ਮੇਰੇ ਹੱਥ 'ਚ ਲੱਗੀ, ਜਾਣੀ ਉਹਦੇ ਨਹੀਂ ਸਿਰ 'ਚ ਵੱਜਦੀ। ਜਾਣੀ ਇਸ ਕਰਕੇ ਖਾਸਾ ਸਾਡਾ ਉਹ ਹੋਇਆ। ਫਿਰ ਮਤਲਬ ਉਦੋਂ ਬਾਅਦ ਭੱਜਿਆ ਉਹਨੂੰ, ਜਾਣੀ ਉਦੋਂ ਬਾਅਦ ਅਸੀਂ ਆਪਣੇ ਬੰਦਿਆਂ ਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਇਹਨਾਂ ਦਾ ਪ੍ਰਸ਼ਾਸਨ ਨਹੀਂ ਉਰੇ ਧਿਆਨ ਦੇ ਰਿਹਾ। ਜਾਣੀ ਕੱਲ੍ਹ ਪਰਸੋਂ ਦੀ ਗੱਲ, ਔਰ ਇੱਕ ਲੇਡੀਜ਼ ਆਈ, ਉਹਦੇ ਸੁਰਾ ਮਾਰ ਕੇ, ਜਿਹਨੂੰ ਉਹ ਪ੍ਰੈਜੈਂਟ ਦੀ 7 ਮਹੀਨਿਆਂ ਦੀ, ਉਹਦੇ ਹੱਥ 'ਤੇ ਮਾਰਿਆ, ਜਾਣੀ ਉਹਦੇ ਹੱਥ 'ਤੇ ਜਾਣੀ ਉਹਦਾ ਉਂਗਲ ਕੱਟਤੀ। ਇਸੇ ਤਰ੍ਹਾਂ ਇੱਕ ਕਿਸੇ ਵੀਰ ਦਾ ਬਜ਼ੁਰਗ ਅੰਦਰ ਪੂਰਾ ਹੋ ਗਿਆ, ਉਹ ਆਪਣੀ ਡੈੱਡ ਬੋਡੀ ਲੈਣ ਆਏ, ਜਾਣੀ ਉਹਨਾਂ ਦੇ ਗਰਾਮੇ ਨੂੰ ਹੱਥ ਪਾਇਆ, ਉਹਨਾਂ ਦੇ ਚਿੰਬੜ ਚਿੰਬੜਾਈ ਕੀਤੀ। ਜਾਣੀ ਸਾਨੂੰ ਇੱਥੇ ਸੁਣਨ ਨੂੰ ਮਿਲਿਆ ਵੀ ਰੋਜ਼ ਇਹ ਇਸ ਤਰ੍ਹਾਂ ਦੀ ਗੁੰਡਾਗਰਦੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਕਰਦੇ ਆ, ਜਾਣੀ ਬਦਮਾਸ਼ੀਆਂ ਕਰਦੇ ਆ, ਨਾ ਕੋਈ ਪ੍ਰਸ਼ਾਸਨ, ਨਾ ਇੱਥੋਂ ਦਾ ਹੋਸਪਿਟਲ ਦਾ ਕੋਈ ਅਧਿਕਾਰੀ ਇੱਧਰ ਧਿਆਨ ਹੀ ਨਹੀਂ ਦੇ ਰਿਹਾ ਵੀ ਆਹ ਜਿਹੜੇ ਲੋਕ ਇੱਥੇ ਦਾ ਪਹਿਲੀ ਦੁਖੀ ਆਉਂਦੇ ਆ, ਜਾਣੀ ਪਹਿਲੀ ਤੰਗ ਪਰੇਸ਼ਾਨ ਹੋ ਕੇ ਆਉਂਦੇ ਆ, ਉਲਟਾ ਜਾਣੀ ਇਹ ਪਰਚੀ ਵਾਲੇ ਜਿਹੜੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ, ਇਹਨਾਂ ਦੇ ਗੁੰਡਾਗਰਦੀ ਕਰਦੇ, ਇਹਨਾਂ 'ਤੇ ਨੱਥ ਪਾਉਣ ਦੀ ਲੋੜ ਆ। ਜਿਹੜਾ ਇਹ ਪਰਚੀ ਸਿਸਟਮ ਆ ਉਹ ਬੰਦ ਹੋਣਾ ਚਾਹੀਦਾ, ਉਹਨਾਂ 'ਤੇ ਬਣਦੀ ਕਾਰਵਾਈ ਆ ਜਿਹੜੀ ਉਹ ਹੋਣੀ ਚਾਹੀਦੀ ਆ। ਜਿੰਨੀ ਦੇਰ ਤੱਕ ਕਾਰਵਾਈ ਨਹੀਂ ਹੁੰਦੀ ਉੰਨੀ ਦੇਰ ਤੱਕ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਜਾਰੀ ਰਹੂ। ਹਾਂਜੀ, ਅਸੀਂ ਕਿਸੇ ਨੂੰ ਨਹੀਂ ਮਿਲੇ, ਜਾਣੀ ਉਹ ਸਾਰੇ ਅਧਿਕਾਰੀਆਂ ਨੂੰ ਪਤਾ ਜਿੰਨੇ ਜਿੰਨੇ ਹਬੜਾ ਦਬੜੀ ਹੋਈ ਆ ਉਰੇ, ਜਾਣੀ ਇਸ ਕਰਕੇ ਉਹਨਾਂ ਦਾ ਫਰਜ਼ ਬਣਦਾ ਉਹ ਆ ਕੇ ਸਾਡੇ ਆਗੂਆਂ ਨਾਲ ਗੱਲ ਕਰਨ, ਪੁੱਛਣ ਵੀ ਕੀ ਗੱਲ ਹੋਈ ਹੈ। ਜਾਣੀ ਉਹਨਾਂ ਦੇ ਜਿਹੜੇ ਮੇਨ ਵੀ ਹੈ ਉਹਨਾਂ ਨੂੰ ਹਟਾਉਣ ਦੀ ਬਜਾਏ ਉਹਨਾਂ ਨੂੰ ਸ਼ਕੀਰ ਦੇ ਰਹੇ ਵੀ ਤੁਸੀਂ ਚਲਾ ਦਿਓ ਇੱਟਾਂ ਰੋੜੇ, ਜੋ ਮਰਜ਼ੀ ਮਾਰੋ, ਅਸੀਂ ਸਾਂਭ ਲਾਂਗੇ। ਹਸਪਤਾਲ ਦੇ ਨਾ ਜਿਹੜੇ ਇਹਨਾਂ ਦੇ ਉਰੇ ਰੱਖੇ ਹੋਏ ਆ ਬੰਦੇ, ਉਹ ਜਿਹੜੇ ਆਪਣੇ ਪਰਚੀ ਸਿਸਟਮ ਵਾਲੇ, ਉਹ ਕਹਿ ਰਹੇ ਸੀ।
ਜਾਣੀ ਇਸ ਤਰ੍ਹਾਂ ਦੀ ਬਦਮਾਸ਼ੀ, ਇਸ ਤਰ੍ਹਾਂ ਦੀ ਗੁੰਡਾਗਰਦੀ ਅਸੀਂ ਪਹਿਲੀ ਵਾਰ ਦੇਖੀ ਹੈ। ਜਾਣੀ ਇਹ ਬਹੁਤ ਮੰਦਭਾਗੀ ਹੈ, ਬਹੁਤ ਮਾੜੀ ਗੱਲ ਹੈ। ਜੇ ਸਾਡੇ ਆਗੂਆਂ 'ਤੇ ਇਹੋ ਜਿਹਾ ਕੁਝ ਕਰਦੇ ਆ, ਆਮ ਪਬਲਿਕ ਨਾਲ ਉਹ ਕੀ ਹੁੰਦਾ ਹੋਊਗਾ, ਇਹ ਤਾਂ ਸੋਚਣ ਵਾਲੀ ਗੱਲ ਹੈ। ਹੁਣ ਕੀ ਚਾਹੁੰਦੇ ਹੋ ਤੁਸੀਂ? ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਇੱਕ ਤਾਂ ਜਿਹੜਾ ਇਹ ਪਰਚੀ ਸਿਸਟਮ ਹੈ ਇਹ ਬੰਦ ਹੋਣਾ ਚਾਹੀਦਾ, ਔਰ ਬਿਲਕੁਲ। ਦੂਜਾ ਜਾਣੀ ਉਹਨਾਂ 'ਤੇ ਜਿਹੜੀ ਕਾਰਵਾਈ ਹੈ, ਬਣਦੀ ਕਾਰਵਾਈ ਹੈ, ਸਾਡੇ ਬੰਦੇ ਨੇ ਇੱਟਾਂ ਰੋੜੇ ਚਲਾਇਆ, ਉਹ ਬਣਦੀ ਕਾਰਵਾਈ ਉਹਨਾਂ 'ਤੇ ਹੋਣੀ ਚਾਹੀਦੀ ਹੈ, ਉਹਨਾਂ ਨੂੰ ਫੜ ਕੇ ਗ੍ਰਿਫਤਾਰ ਕਰਕੇ। ਕਿੰਨੇ ਕੁ ਜ਼ਖਮੀ ਹੋਏ? ਤਾਂ ਉਹ ਖਾਸਾ ਜ਼ਖਮੀ ਉਹਦੇ ਸਿਰ 'ਚ ਵੱਜੀ, ਜੇ ਦੂਜੀ ਬਾਜੀ ਦੀ ਮਣ ਕਰੇ ਉਹਦੀ ਮੌਤ ਵੀ ਹੋ ਸਕਦੀ ਸੀ, ਅਤੇ ਇੱਕ ਉਹਦੇ ਲੱਤਾਂ 'ਤੇ ਵੱਜੀ। ਜਾਣੀ ਇਸ ਤਰ੍ਹਾਂ ਤਾਂ ਇੰਨੇ ਹਨੇਰੀ ਲਿਆਤੀ ਇੱਟਾਂ ਦੀ, ਜਾਣੀ ਉਹਦਾ ਇੱਥੇ ਹੋਰ ਬੰਦੇ 'ਤੇ ਹੋਰ ਦੇ ਵੀ ਵੱਜ ਸਕਦੀ ਹੈ, ਜਾਣੀ ਉਹ ਤਾਂ ਮੈਂ ਮੂਹਰੇ ਹੱਥ ਕਰ ਲਿਆ ਜੇ ਨਾ ਕਰਦਾ, ਸ਼ਾਇਦ ਉਹਦੇ ਸਿਰ 'ਚ ਵੱਜਦੀ ਉਹ। ਇੰਨੀਆਂ ਭਾਰੀ ਇੱਟਾਂ ਬੰਦੇ ਨੂੰ ਕਿੱਥੇ ਛੱਡਦੀਆਂ ਨੇ? ਕਿਉਂਕਿ ਅੱਜ ਸਾਡੇ ਇੱਥੇ ਆਗੂ ਆਇਆ ਸਲਾਮ ਤੋਂ ਕੋਈ ਟੈਸਟ ਕਰਾਉਣ ਵਾਸਤੇ, ਜਿਹੜਾ ਇੱਥੇ ਪਰਚੀ ਸਿਸਟਮ ਚੱਲਦਾ ਠੇਕੇਦਾਰਾਂ ਦਾ, ਉਹਨਾਂ ਵੱਲੋਂ ਹਮਲਾ ਕੀਤਾ ਗਿਆ ਉਹਨਾਂ 'ਤੇ। ਉਹ ਕਹਿੰਦੇ ਪਰਚੀ ਕਟਾਓ, ਅਸੀਂ ਤਾਂ ਲੰਘਣ ਦੇਵਾਂਗੇ। ਇਹ ਕਹਿੰਦੇ ਵੀ ਅਸੀਂ ਪਰਚੀ ਨਹੀਂ ਕਟਾਉਂਦੇ ਹੈਗੇ, ਅਸੀਂ ਨਾ ਕੋਈ ਟੋਲ ਪਲਾਜ਼ਾ 'ਤੇ ਪਰਚੀ ਕਟਾਉਂਦੇ, ਨਾ ਕੋਈ ਡੀ ਸੀ ਦਫ਼ਤਰ ਕਟਾਉਂਦੇ, ਸਾਡਾ ਅਸੀਂ ਇਸ ਸਿਸਟਮ ਦੇ ਵਿਰੁੱਧ ਹਾਂਗੇ, ਅਸੀਂ ਪਰਚੀ ਨਹੀਂ ਕਟਾਉਂਦੇ, ਠੇਕੇਦਾਰੀ ਸਿਸਟਮ ਦੇ ਵਿਰੁੱਧ ਹਾਂ ਅਸੀਂ। ਜਦੋਂ ਇਹ ਗੱਲਬਾਤ ਹੋਈ ਤਾਂ ਮਤਲਬ ਉਹਨਾਂ ਨੇ ਬੰਦਿਆਂ ਨੇ ਇਹਨਾਂ 'ਤੇ ਹਮਲਾ ਕੀਤਾ, 3 ਬੰਦਿਆਂ ਦੇ ਉੱਤੇ, ਜਿਹਦੇ ਵਿੱਚ ਇੱਕ ਬੰਦਾ ਸਾਡਾ ਜ਼ਖਮੀ ਹੋਇਆ, ਉਹ ਐਡਮਿਟ ਹੋਇਆ ਹਸਪਤਾਲ ਦੇ ਵਿੱਚ, ਅਤੇ ਬਾਕੀ ਇਹਦੇ ਸਾਡੇ ਬਲਾਕ ਪ੍ਰਧਾਨ ਦੇ ਵੀ ਸੱਟਾਂ ਲੱਗੀਆਂ ਨੇਗੀਆਂ। ਅਤੇ ਜਿਹੜਾ ਮਤਲਬ ਇਸ ਤਰ੍ਹਾਂ ਹੋ ਰਿਹਾ ਗੁੰਡਾਗਰਦੀ, ਜਦ ਇਹ ਜਥੇਬੰਦੀ ਦੇ ਕੰਮ ਕਰਨ ਵਾਲੇ ਇੱਕ ਲੋਕਾਂ ਨੇ ਚੁਣੇ ਨੁਮਾਇੰਦਿਆਂ ਦੇ ਉੱਤੇ ਇੱਕ ਇਸ ਤਰ੍ਹਾਂ ਅਟੈਕ ਕੀਤਾ ਜਾ ਰਿਹਾ, ਤਾਂ ਜਿਹੜੇ ਲੋਕ ਇੱਥੇ ਆਉਂਦੇ ਨੇ ਇਲਾਜ ਕਰਾਉਣ ਵਾਸਤੇ, ਇੱਕ ਇਹ ਹੋਸਪਿਟਲ ਹੈਗਾ, ਇਲਾਜ ਕਰਾਉਣ ਵਾਸਤੇ ਗਰੀਬ ਲੋਕ ਆਉਂਦੇ ਨੇ, ਉਹਨਾਂ ਲੋਕਾਂ ਵਾਲੇ ਲੋਕ ਕੀ ਕਰਦੇ ਹੋਣਗੇ? ਇੱਕ ਇਹ ਸਵਾਲ ਹੈਗਾ, ਸੋਚਣ ਵਾਲੀ ਗੱਲ ਹੈਗੀ। ਇਹ ਸਰਕਾਰ ਨੂੰ, ਪ੍ਰਸ਼ਾਸਨ ਨੂੰ ਇਹਦੇ 'ਤੇ ਮਤਲਬ ਵਿਚਾਰ ਕਰਨੀ ਬਣਦੇ, ਗੌਰ ਕਰਨੀ ਬਣਦੇ। ਪ੍ਰਸ਼ਾਸਨ ਅੱਜ ਤੱਕ ਸੁੱਤਾ ਪਿਆ, ਅੱਜ ਤੱਕ ਸਾਡੇ ਕੋਲ ਕੋਈ ਮਤਲਬ ਇੱਥੇ SHO ਗੇੜਾ ਮਾਰ ਕੇ ਤੁਰ ਗਿਆ, ਕੋਈ ਮਤਲਬ ਉਹਨਾਂ ਨੂੰ ਸਰਦਰਦੀ ਨਹੀਂ ਹੈਗੀ? SMO ਸਿਵਲ ਸਰਜਨ ਜਾਂ DC ਸਾਹਿਬ ਨੂੰ ਮਿਲਿਆ ਜਾਊਗਾ? ਨਹੀਂ, ਉਹਨਾਂ ਫਰਜ਼ ਆਪ ਬਣਦਾ ਹੁਣ ਦਾ ਵੀ ਇੱਕ ਲੋਕਾਂ ਨੇ ਚੁਣੇ ਹੋਏ ਨੁਮਾਇੰਦੇ, ਇੱਕ ਜਥੇਬੰਦਕ ਲੋਕ ਇੱਥੇ ਬੈਠੇ ਨੇ, ਉਹਨਾਂ 'ਤੇ ਹਮਲਾ ਕੀਤਾ ਹੈਗਾ, ਅਸੀਂ ਜਾ ਕੇ ਪਤਾਸਤਾ ਕਰੀਏ? SMO CMO DC ਤਾਂ ਕੋਈ ਅਧਿਕਾਰੀ ਨਹੀਂ ਸਾਡੇ ਕੋਲ ਤੱਕ, ਅਸੀਂ ਬੈਠੇ ਹਾਂਗੇ, ਨਹੀਂ ਆਉਣਗੇ ਤਾਂ ਅਸੀਂ ਅੱਗੇ ਦੇ ਪ੍ਰੋਗਰਾਮ ਵਧਾਵਾਂਗੇ, ਅਸੀਂ ਮਤਲਬ ਇਸ ਸਿਸਟਮ ਦੇ ਵਿਰੁੱਧ ਲੜਾਂਗੇ। ਜਿੰਨਾ ਚਿਰ ਇਹ ਨਹੀਂ ਬੰਦ ਹੁੰਦਾ, ਇਹਨਾਂ 'ਤੇ ਕਾਰਵਾਈ ਨਹੀਂ ਬਣਦੀ, ਉਹਨਾਂ ਚਿਰ ਅਸੀਂ ਇਸ ਸਾਡੇ ਸੰਘਰਸ਼ ਨੂੰ ਵਧਾਵਾਂਗੇ, ਕਿ ਸਰਦਰਦੀ ਪੈਦਾ ਕਰਾਂਗੇ ਪ੍ਰਸ਼ਾਸਨ ਵਾਸਤੇ ਅਸੀਂ। ਮੇਰਾ ਪਿੰਡ ਦੌਲਾ ਸਿੰਘ ਵਾਲਾ ਜੀ, ਮੈਂ BKU ਗਰਾਹਾਂ ਦਾ ਖਜ਼ਾਨਚੀ, ਸਨਾਮ ਬਲਾਕ। ਅਸੀਂ ਇੱਥੇ ਆਏ ਸੀਗੇ, ਬਲਾਕ ਪ੍ਰਧਾਨ ਦਾ ਕੰਮ ਸੀਗਾ ਜਸਵੰਤ ਤੋਲਾ ਵਾਲ ਦਾ, ਅਤੇ ਹੋਰ ਮੁੰਡਿਆਂ ਦਾ ਕੰਮ ਸੀਗਾ ਡੋਪ ਟੈਸਟ ਵਾਸਤੇ ਕੋਈ ਕਿਰਾਏ ਸੀ। ਅਸੀਂ ਪਹਿਲਾਂ ਗੱਡੀ ਖੜਾਤੀ ਲਿਆ ਕੇ, ਕੋਈ ਇਹਨਾਂ ਨੇ ਪਰਚੀ ਨਹੀਂ ਕੱਟੀ। ਜਦੋਂ ਅਸੀਂ ਵਾਪਸ ਜਾਣ ਲੱਗੇ ਤਾਂ ਸਾਡਾ ਗੱਡੀ ਘੇਰ ਲਈ ਇਹਨਾਂ ਨੇ, ਕਿੰਨੇ ਜਿਹੜੇ ਇੱਥੇ ਪਰਚੀ ਕੱਟਦੇ ਨੇ ਸੰਗਰੂਰ ਹੋਸਪਿਟਲ ਦੇ ਵਿੱਚ। ਜਦੋਂ ਗੱਡੀ ਰੋਕੀ, ਅਸੀਂ ਉੱਤਰ ਕੇ ਕਿਹਾ ਵੀ ਯਾਰ ਤੁਸੀਂ ਗੱਲੀ ਗੱਲ ਕਰੋ ਵੀ ਕੀ ਗੱਲ ਹੈ। ਕਹਿੰਦੇ ਅਸੀਂ ਤਾਂ ਜਿਹਨੂੰ ਮਰਜ਼ੀ ਭਾਵਾਂ 2000 ਬੰਦਾ ਲਿਆਓ, ਇੱਥੇ ਹਰੇਕ ਨੂੰ ਕੁੱਟ ਕੇ ਭੇਜਦੇ ਹਾਂ, ਹਰੇਕ ਦੀ ਪਰਚੀ ਕੱਟਦੇ ਹਾਂ, ਤੁਸੀਂ ਕੌਣ ਹੋ? ਕਾਹਦੀ ਪਰਚੀ ਕੱਟਣ ਲਈ ਕਹਿੰਦੇ ਸੀ? ਵੀ ਇਹ ਗੱਡੀ ਦੀ ਜੀ। ਅਸੀਂ ਕਿਹਾ ਵੀ ਅਸੀਂ ਇਸ ਦੇ ਟੋਲ ਟੈਕਸ ਵੀ ਨਹੀਂ ਕਿਤੇ ਦਿੰਦੇ, ਕਿਤੇ ਪਰਚੀ ਨਹੀਂ ਦਿੰਦੇ। 10 ਰੁਪਈਆਂ ਦੀ ਗੱਲ ਨਹੀਂ, ਅਸੀਂ ਦੇ ਦਾਂਗੇ 10 ਰੁਪਈਆਂ ਵਾਲੀ ਕੋਈ ਗੱਲ ਨਹੀਂ, ਪਰ ਸਾਡੀ ਜਥੇਬੰਦੀ ਦੀ ਪੋਲਿਸੀ ਹੈ ਵੀ ਪਰਚੀ ਨਹੀਂ ਕਟਾਉਣੀ ਕਿਤੇ ਵੀ, ਜੋ ਗੁੰਡਾ ਟੈਕਸ ਇਹ ਚੱਲ ਰਿਹਾ। ਇਸ ਕਰਕੇ ਜਦੋਂ ਅਸੀਂ ਥੱਲੇ ਉੱਤਰੇ, ਪ੍ਰਧਾਨ ਜੀ ਉੱਤਰੇ, ਮੈਂ ਉੱਤਰੇ, ਉਹਨਾਂ ਨੇ ਮੇਰੇ 'ਤੇ ਹਮਲਾ ਕਰਤਾ। 4-5 ਮੁੰਡੇ ਸੀਗੇ, ਮੇਰੇ 'ਤੇ ਹਮਲਾ ਕਰਿਆ, 1-2 ਇੱਟਾਂ ਵੱਜੀਆਂ। ਜਸਵੰਤ ਉੱਤਰਿਆ, ਬਲਾਕ ਪ੍ਰਧਾਨ ਆ ਗਿਆ, ਉਹ 'ਤੇ ਵੀ ਹਮਲਾ ਕਰਤਾ, ਸਾਡੇ ਦੋਨਾਂ 'ਤੇ ਉਹਨਾਂ ਨੇ ਬਹੁਤ ਸਖਤ। ਜਾਣੀ ਫਿਰ ਹੋਰ ਉਹਨਾਂ ਨੇ ਗੁੰਡੇ ਬੁਲਾ ਲਏ, 20-25 ਮੁੰਡੇ ਹੋਰ ਆ ਗਏ, ਜੋ ਉਹਨਾਂ ਲਵੇ ਹਥਿਆਰ ਵੀ ਤੀ, ਆਪਣਾ ਕਿਰਚਾਂ ਕੁਰਚਾਂ ਗੀਆਂ ਜਿਹੜੀਆਂ ਹੁੰਦੀਆਂ ਨੇ ਮੁੰਡਿਆਂ ਕੋਲ। ਪਰ ਜਦੋਂ ਹਮਲਾ ਕਰਤਾ, ਫਿਰ ਬੇਬਸੀ ਨੂੰ ਅਸੀਂ, ਕਿਸੇ ਨੇ ਸਾਨੂੰ ਹਸਪਤਾਲ ਭਰਿਆ ਤੀ, ਲੋਕਾਂ ਪਿੱਛੇ ਲੜਦੇ ਹਾਂ, ਕਿਸੇ ਨੇ ਐਂ ਨਹੀਂ ਕਿਹਾ ਵੀ ਯਾਰ ਵੀ ਇਹ ਗਲਤ ਹੈ ਜਾਂ ਵੀ ਇਹ ਗਲਤ ਕਰ ਰਹੇ ਨੇ। ਚੱਲ ਅਸੀਂ ਖੜ੍ਹੇ ਰਹੇ ਨੇ, ਅਸੀਂ ਜਥੇਬੰਦੀ ਦੇ ਆਗੂਆਂ ਨੂੰ ਫੋਨ ਕੀਤਾ ਤਾਂ ਇੱਥੇ ਆ ਗਏ ਜੀ, ਆ ਕੇ ਜਥੇਬੰਦੀ ਦੇ ਆਗੂਆਂ ਨੇ ਫਿਰ ਸਾਡੀ ਗੱਲਬਾਤ ਸੁਣੀ ਕਰੀ, ਤਾਂ ਫਿਰ ਸਾਨੂੰ ਦਾਖਲ ਕਰਿਆ ਉਹਨਾਂ ਨੇ ਆ ਕੇ। ਫਿਰ ਉਦੋਂ ਬਾਅਦ
ਹੁਣ ਕੀ ਮੰਗ ਕਰਦੇ ਹੁਣ ਅਸੀਂ ਮੰਗ ਇਹ ਕਰਦੇ ਜੀ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ। ਦੇਖੋ ਇੱਥੇ ਮਰੀਜ਼ ਜਿਹੜੇ ਵੀ ਆਉਂਦੇ ਨੇ ਬਹੁਤ ਦੁਖੀ ਆਉਂਦੇ ਨੇ, ਦੁਖੀ ਆਉਂਦੇ ਨੇ ਉਹਨਾਂ ਨਾਲ ਇਹੋ ਜਿਹਾ ਵਿਹਾਰ। ਕੱਲ੍ਹ ਇੱਕ ਮੁੰਡਾ ਇੱਥੇ ਕਿਸੇ ਦਾ ਬਾਪ ਦੇ ਡੈੱਡ ਬੋਡੀ ਪਈ ਸੀ, ਜਦੋਂ ਜਾਣ ਲੱਗਿਆ ਪਰਚੀ ਪਿੱਛੇ ਉਹਦੀ ਉਂਗਲੀ ਵੜਤੀ। ਦੇਖੋ ਇੱਥੋਂ ਤੱਕ ਜਦੋਂ ਇਹ ਹੋ ਰਿਹਾ, ਪਤਾ ਨਹੀਂ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ, ਸਮਝ ਤੋਂ ਬਾਹਰ ਹੈ। ਅੱਜ ਉਹਦੀ ਉਂਗਲ ਵੜਤੀ, ਅੱਜ ਸਾਡੇ 'ਤੇ ਹਮਲਾ ਹੋ ਗਿਆ, ਕੱਲ੍ਹ ਨੂੰ ਪਤਾ ਨਹੀਂ ਹੋਰ ਵੀ ਕਰਨਗੇ। ਇਹਨਾਂ ਦਾ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦਾ। ਸਵੇਰੇ ਲਗਭਗ 9:30 ਵਜੇ ਦੀ ਗੱਲ ਹੈ, ਸਿਵਲ ਸਰਜਨ ਸਾਹਿਬ, ਐੱਸ ਐੱਮ ਓ ਸਾਹਿਬ, ਮੈਂ, ਕੁਛ ਹੋਰ ਡਾਕਟਰ ਸਾਹਿਬਾਨ ਰਾਊਂਡ ਕਰ ਰਹੇ ਸੀਗੇ ਸਰ, ਰੂਟੀਨ 'ਚ ਰਾਊਂਡ ਕਰਦੇ ਰਹਿੰਦੇ ਹਾਂ। ਜਿਹੜੇ ਵੀ ਸਰਕਾਰ ਦੇ ਪ੍ਰਬੰਧ ਹੈ, ਵੀ ਫਰੀ ਮੈਡੀਸਨ, ਹੋਰ ਜਿਹੜੀਆਂ ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ ਗਈਆਂ ਉਹਨੂੰ ਮੋਨੀਟਰ ਕਰਨ ਲਈ, ਉਸ ਦੌਰਾਨ ਪਤਾ ਲੱਗਿਆ ਕਿ ਸਾਈਕਲ ਸਟੈਂਡ 'ਤੇ ਕੁਛ ਹੰਗਾਮਾ ਹੋਇਆ। ਕੁਛ ਬੰਦੇ ਜਿਹੜੇ ਕਿਸਾਨ ਯੂਨੀਅਨ ਦੇ ਸੀ ਪਲੱਸ ਕੁਛ ਸਾਈਕਲ ਸਟੈਂਡ ਵਾਲੇ, ਉਹਨਾਂ ਦੇ ਵਿੱਚ ਕੁਛ ਤਲਖੀ ਹੋਈ ਹੈ, ਅਤੇ ਉਸ ਦੌਰਾਨ ਰਾਊਂਡ ਦੇ ਦੌਰਾਨ ਹੀ ਪਤਾ ਲੱਗਿਆ, ਅਤੇ ਮੌਕੇ 'ਤੇ ਹੀ ਪੁਲਿਸ ਨੂੰ, ਪ੍ਰਸ਼ਾਸਨ ਨੂੰ ਇਤਲਾਹ ਕਰ ਦਿੱਤੀ ਗਈ ਹੈ। ਪੁਲਿਸ ਆ ਗਈ ਹੈ, ਉਹ ਆਪਣਾ ਜੋ ਵੀ ਬਣਦੀ ਕਾਰਵਾਈ ਹੈ ਉਹ ਕਰ ਰਹੀ ਹੈ। ਦੇਖੋ ਜਿਹੜੀ ਵੀ ਘਟਨਾ ਸਾਡੇ ਧਿਆਨ ਵਿੱਚ ਆਉਂਦੀ ਹੈ ਜੀ, ਉਹਦੀ ਜੋ ਵੀ ਉਚਿਤ ਕਾਰਵਾਈ ਮੌਕੇ 'ਤੇ ਹੋਣੀ ਬਣਦੀ ਹੈ, ਚਾਹੇ ਉਹ ਪ੍ਰਸ਼ਾਸਨ ਨੂੰ ਦੱਸਣਾ ਬਣਦਾ, ਚਾਹੇ ਆਪ ਬੁਲਾ ਕੇ ਉਹਨਾਂ ਨੂੰ ਸਮਝਾਉਣਾ ਬਣਦਾ, ਜੋ ਜੋ ਮਤਲਬ ਐਜ਼ ਪਰ ਲਾਅ ਜੋ ਵੀ ਹੁੰਦਾ ਅਸੀਂ ਉਹ ਕਰਦੇ ਰਹੇ ਹਾਂ। ਅੱਜ ਸਾਨੂੰ ਲੱਗਿਆ ਗੱਲ ਥੋੜ੍ਹੀ ਜਿਹੀ ਜ਼ਿਆਦਾ ਹੈ, ਇਸੇ ਕਰਕੇ ਅਸੀਂ ਨਾਲ ਦੀ ਨਾਲ ਪੁਲਿਸ ਬੁਲਾਈ। ਜੋ ਵੀ ਹੋਏਗਾ, ਜੋ ਵੀ ਹੁਣ ਤੱਕ ਹੋਇਆ ਜੀ, ਜਾਂ ਜੋ ਅੱਗੇ ਵੀ ਹੋਏਗਾ, ਉਹ ਜੋ ਰਿਟਨ ਗਾਈਡਲਾਈਨਸ ਜਾਂ ਜੋ ਸਰਕਾਰੀ ਦਿਸ਼ਾ ਨਿਰਦੇਸ਼ ਹੈ ਉਹਦੇ ਮੁਤਾਬਿਕ ਹੀ ਹੋਏਗਾ। ਹਾਂਜੀ ਹਾਂ, ਉਹ ਅਸੀਂ ਪ੍ਰਾਇਰਟੀ 'ਤੇ ਕਰ ਰਹੇ ਹਾਂ ਜੀ, ਜੋ ਵੀ ਹੈ। ਦੇਖੋ ਸਾਡੀ ਪਹਿਲੀ ਪ੍ਰਾਇਰਟੀ ਹੈ ਕਿ ਜਿਹੜਾ ਵੀ ਕੋਈ ਮਰੀਜ਼ ਆਉਂਦਾ ਜੀ ਉਹਦੀ ਦੇਖਭਾਲ ਕਰੀਏ, ਠੀਕ ਹੈ। ਦੂਜਾ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਉਹ ਪੁਲਿਸ ਦਾ, ਅਸੀਂ ਆਪਣਾ ਕੰਮ ਬਖੂਬੀ ਨਿਭਾ ਰਹੇ ਹਾਂ। ਜੋ ਪੁਲਿਸ ਦਾ ਕੰਮ ਹੈ, ਜੋ ਪੁਲਿਸ ਨੂੰ ਸਾਡੇ ਸਹਿਯੋਗ ਦੀ ਲੋੜ ਹੈ ਹੋਸਪਿਟਲ ਪ੍ਰਸ਼ਾਸਨ ਦੀ, ਉਹ ਪੂਰਾ ਦਿੱਤਾ ਜਾਵੇ। ਦੇਖੋ ਮੈਨੂੰ ਵੀ ਅੱਜ ਸਵੇਰੇ ਹੀ ਪਤਾ ਲੱਗਿਆ, ਕਿਉਂਕਿ ਜਿਹਦਾ ਇਹ ਠੇਕਾ ਸੀ ਆਪਣਾ ਛੋਟਾ ਭਰਾ ਹੈ ਉਹ, ਅਤੇ ਸਾਡੀ ਕੌਮ ਨਾਲ ਸੰਬੰਧਿਤ ਹੈ ਉਹ, ਅਤੇ ਪਹਿਲਾਂ ਵੀ ਉਹਦੇ ਵੱਲੋਂ ਇਹ ਹੈ, ਕਈ ਸਾਲਾਂ ਤੋਂ ਉਹ ਠੇਕਾ ਚਲਾ ਰਿਹਾ, ਅਤੇ ਯੂਨੀਅਨ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਕਹਿੰਦੇ ਅਸੀਂ ਕਦੀ ਕਿਸੇ ਨੂੰ ਰੋਕਿਆ ਨਹੀਂ, ਅਤੇ ਕੁਦਰਤੀ ਜਿਹੜੀ ਕਿ ਪੁਆਇੰਟਡ ਗੱਡੀਆਂ ਨੇ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਹਾਂ ਵੀ ਇਹ ਯੂਨੀਅਨ ਦੀ ਗੱਡੀਆਂ ਨੇ, ਕੁਦਰਤੀ ਅੱਜ ਪਤਾ ਨਹੀਂ ਅੱਜ ਗੱਲ ਹੋਈ ਹੈ ਇਹ, ਅਤੇ ਯੂਨੀਅਨ ਦੀ ਕੋਈ ਗੱਡੀ ਆਈ ਹੋਣੀ, ਝੰਡਾ ਲੱਗਿਆ ਸੀ ਸ਼ਾਇਦ ਉਹ ਹੈ, ਉਹਨਾਂ ਨੇ ਕਿਹਾ ਇੱਕ ਵਾਰੀ ਰੋਕਿਆ ਉਹਨਾਂ ਨੇ, ਉਹ ਜਦੋਂ ਰੋਕਿਆ ਉਹ ਕਹਿੰਦੇ ਜੀ ਸਾਡੀ ਉਹ ਕਹਿੰਦੇ ਜੀ ਭਾਈ ਜੀ ਯੂਨੀਅਨ ਦੀ ਗੱਡੀ ਸਾਨੇ ਲੰਘਾਉਣੀ ਆ, ਉਹ ਕਹਿੰਦੇ ਵੀ ਯੂਨੀਅਨ ਵਾਲੀ ਤਾਂ ਲੱਗਦੀ ਨਹੀਂ ਗੱਡੀ ਇਹ ਦੂਸਰੀ ਗੱਡੀਆਂ ਹੁੰਦੀਆਂ ਨੇ ਉਹ ਬਲੈਰੋ ਜਾਂ ਹੋਰ ਟਾਈਪ, ਅਤੇ ਉਸ ਤੋਂ ਉਹਦੇ 'ਚ ਤੂੰ ਮੈਂ ਹੋ ਗਈ, ਅਤੇ ਕੁਦਰਤੀ ਉਹ ਮੁੰਡੇ ਨੇ ਜਿਹੜੇ ਗੱਡੀ 'ਚੋਂ ਨਿਕਲ ਕੇ ਉਹ ਮੁੰਡੇ ਦੇ ਥੱਪੜ ਮਾਰਿਆ, ਫਿਰ ਉਹ ਮੁੰਡੇ ਨੇ ਮਾਰਿਆ ਹੋਊਗਾ ਸ਼ਾਇਦ ਥੱਪੜ ਜੀ, ਕੋਈ ਮਾੜੇ ਮੋਟੇ ਸ਼ਬਦ ਬੋਲ ਪਏ ਮੁੰਡੇ ਨੂੰ, ਤਾਂ ਉਹ ਇਸ ਕਰਕੇ ਗੱਲ ਵੱਧ ਗਈ। ਚਲੋ ਅਸੀਂ ਇਹ ਕਹਿੰਦੇ ਹਾਂ, ਅਸੀਂ ਕਿਸਾਨ ਯੂਨੀਅਨ ਨੂੰ ਵੀ ਬੇਨਤੀ ਕੀਤੀ ਹੈ ਵੀ ਆਪਾਂ ਸਾਰੇ ਇੱਕ ਸਮਾਜ ਦੇ ਰਹਿਣ ਵਾਲੇ ਬੰਦੇ ਹਾਂ, ਠੀਕ ਹੈ ਨਾ, ਅਤੇ ਜਿਹੜੀ ਲੜਾਈਆਂ ਤੁਸੀਂ ਲੜ ਰਹੇ ਹੋ ਸਰਕਾਰਾਂ ਖਿਲਾਫ, ਅਸੀਂ ਵੀ ਉਹਨਾਂ 'ਚ ਤੁਹਾਡਾ ਸਹਿਯੋਗ ਕਰਦੇ ਹਾਂ, ਠੀਕ ਹੈ, ਪਰ ਇਹ ਇਹਨਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਵੀ ਆਪਾਂ ਇੱਕ ਜਿਹੜੇ ਸਮਾਜ ਦੇ ਵਿੱਚ ਰਹਿ ਰਹੇ ਹਾਂ, ਜਿਹੜੇ ਸ਼ਹਿਰ 'ਚ, ਜਿਹੜੇ ਉਰੇ ਦੁਨੀਆ 'ਚ ਰਹਿ ਰਹੇ ਹਾਂ, ਤਾਂ ਉਹਨਾਂ ਨਾਲ ਵੀ ਸਹਿਮਤੀ ਨਾਲ, ਉਹਨਾਂ ਨਾਲ ਵੀ ਕਿਸੇ ਦਾ ਤਰੀਕੇ ਦਾ ਧੱਕਾ ਨਹੀਂ ਹੋਣਾ ਚਾਹੀਦਾ। ਅਤੇ ਮੈਂ ਕਿਸਾਨ ਯੂਨੀਅਨ ਨੂੰ ਦੁਬਾਰਾ ਬੇਨਤੀ ਕਰ ਰਿਹਾ ਵੀ ਸਾਡਾ ਇਹ ਮਸਲਾ ਹੱਲ ਹੋਵੇ, ਅਤੇ ਪਿਆਰ ਮੁਹੱਬਤ ਸਾਡਾ ਬਣਿਆ ਰਹੇ ਆਪਸ ਦੇ ਵਿੱਚ, ਅਤੇ ਮੇਰੇ ਹਿਸਾਬ ਨਾਲ ਇਹ ਹੋ ਜੂਗਾ। ਜੀ ਆਖੇ ਯਾਰ ਕਿ ਇੱਟਾਂ ਰੋੜੇ ਨਾਲ ਬਰਸਾਤ ਕੀਤੀ ਗਈ ਆ, ਇੱਕ ਕਿਸਾਨ ਦਾ ਸਿਰ ਵੀ ਪਾੜ ਗਿਆ ਜੋ ਐਡਮਿਟ,
ਦੇਖੋ ਮੈਨੂੰ ਹਜੇ ਪਤਾ ਨਹੀਂ, ਮੈਂ ਹੁਣ ਉਹਦਾ ਵੀ ਪਤਾ ਲੈ ਕੇ ਆਉਣਾ ਚਾਹੀਦਾ। ਇਹ ਮਾੜੀ ਗੱਲ ਹੈ ਕਿਉਂਕਿ ਦੋਨੇ ਧਿਰਾਂ ਦਾ ਨੁਕਸਾਨ ਹੋਇਆ। ਉੱਧਰਲੇ ਪਾਸੇ ਵੀ ਇੱਕ ਮੁੰਡੇ ਨੂੰ ਸੱਟ ਲੱਗੀ ਹੈ, ਪਰ ਉਹ ਡਰਦਾ ਮਾਰਾ ਵਿਚਾਰਾ ਦਾਖਲ ਨਹੀਂ ਹੋਇਆ। ਅਤੇ ਆਹ ਨੁਕਸਾਨ ਨੁਕਸੂਨ ਜਿਹਾ ਜਿਹੜਾ ਡੀ ਵੀ ਆਰ ਭੰਨ ਤੋੜ ਹੋਈ ਹੈ, ਉਹ ਵੀ ਹੋਈ ਹੈ। ਚਲੋ DSP ਸਾਹਿਬ ਆਏ ਸੀ, ਉਹ ਗੱਲ ਕਰ ਰਹੇ ਨੇ ਉਹਨਾਂ ਨਾਲ ਵੀ, ਅਤੇ ਦੋਨੇ ਧਿਰਾਂ ਨੂੰ ਸਮਝਾ ਕੇ ਮਸਲਾ ਹੱਲ ਹੋ ਜਾਣਾ। ਹਾਂ, ਇੱਥੇ ਆਏ ਹਾਂ ਅਸੀਂ ਮੌਕੇ 'ਤੇ, ਅਤੇ ਵੇਲੇ ਜੋ ਅਸੀਂ ਪੜਤਾਲ ਕਰਾਂਗੇ, ਜੋ ਬਣਦੀ ਕਾਰੀਗਰੀ ਕੀਤੀ ਜਾਊ। ਸਰ, ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਮਿਲੇ ਤੁਸੀਂ? ਵੀ ਹਾਲੇ ਤਾਂ ਅੰਦਰ ਹੈ, ਮੈਂ ਆਇਆ, ਮੈਂ ਇਹਨਾਂ ਨਾਲ ਗੱਲਬਾਤ ਕੀਤੀ ਹੈ, ਗੱਲ ਕਰਕੇ ਅਸੀਂ ਜੋ ਵੀ ਸਟੇਟਮੈਂਟ ਲਿਖਾਉਂਦੇ ਉਸ ਮੁਤਾਬਕ ਕਾਰਵਾਈ ਕਰਦੇ।